ਸਤਿ ਸ਼੍ਰੀ ਅਕਾਲ ਬਾਈ ਜੀ, ਵੈਲਕਮ ਜੀ ਅੱਜ ਦੇ ਵਲੋਗ 'ਚ। ਲਓ ਜੀ, ਆਲੂਆਂ ਪਰ ਇੱਕ ਹੋਰ ਮਾਰ, ਮੀਂਹ ਪੈਣ ਲੱਗ ਗਿਆ, ਲੇਬਰ ਘੱਟ ਆ ਅੱਜ ਬੰਦੇ ਚੱਕਣ ਵਾਲੇ, ਹੁਣ ਟਰੈਕਟਰਾਂ ਨਾਲ ਸਕੰਜਿਆਂ ਪਰ 20-20 15-15 16-16 ਜਿੰਨੇ ਆ ਗਏ ਉਹਨੂੰ ਚੱਕ ਕੇ ਅੰਦਰ ਸੁੱਟ ਦੇਣੇ, ਬਾਕੀ ਦੇਖੀ ਜਾਊਗੀ। ਜੇ 10 ਗੇੜੇ ਵੀ ਲੱਗ ਗਏ ਚਲੋ ਘੱਟੋ ਘੱਟ 200-300 ਘੱਟਾ ਤਾਂ ਜਾਊਗਾ ਜੀ ਅੰਦਰ ਆਲਰ, ਬਾਕੀ ਆਲੂ ਦਾ ਵਿਗੜਦਾ ਕੁਛ ਨਹੀਂ ਹੈਗਾ। ਬਾਕੀ ਦੇਖਦੇ ਹਾਂ ਹੁਣ, ਹੁਣ ਉਹ ਭਰ ਗਿਆ ਟਰੈਕਟਰ, ਇੱਕੋ ਕੱਟਾ ਲੱਗਣਾ ਉਹਦੇ ਪਰ। ਅਤੇ ਬਾਕੀ ਆਪਾਂ ਨੇ ਆਪਣੇ ਵਾਲੇ ਪਿੱਛੇ ਵੀ ਸਕੰਜਾ ਪਾਇਆ ਹੋਇਆ ਸੜਕ ਦੇ ਨਾਲ, ਪਬਲਿਕ ਨੇ ਛੱਡੀਆਂ ਵੀ ਪਈਆਂ ਉਰੇ ਆਪਣੀਆਂ, ਅਤੇ ਅੱਜ ਆਲੂ ਚੱਕਣੇ ਆ। ਬਸ 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 ਕਰੋ, ਆਪਣਾ ਨਾਲ ਨਾਲ ਲਾ ਕੇ ਚੱਕ ਦੇਣੇ। ਮੈਂ ਨੇੜੇ ਕਰੀ ਜਾਣਾ ਜੀ, ਇਹਨਾਂ ਨੇ ਲੱਦੀ ਜਾਣੇ, ਦੋ ਜਣਿਆਂ ਨੇ ਇਕੱਠੇ ਜਾ ਕੇ ਉਤਾਰੇ ਹੋਣੇ। ਫਿਰ ਦੁਆ ਲੱਦ ਲੈਂ ਚ, ਅੱਗੇ ਪਿੱਛੇ ਨਾ ਹੋ, ਇੱਕੜੇ ਪਿੱਛੇ ਖੜਾ ਲਈ ਹਰਪ੍ਰੀਤ, ਇੱਕੜਾ ਮੈਂ ਖੜਾ ਲੈ ਜਾਣਾ। ਰਾਜੂ ਨੂੰ ਲਿਆਈਏ ਚੱਕ ਕੇ, ਫਿਰ ਟਰਾਲੀ ਭਰ ਲੈਂਦੇ ਹਾਂ, ਰਾਜੂਆਂ ਨੂੰ ਲਿਆਉਣ ਦੋਹਾਂ ਨੂੰ। ਆਹੋ ਉਹ ਟਰਾਲੀਆਂ ਵੀ ਵਿਹਲੀਆਂ, ਤਾਂ ਹੁਣ ਵਿਹਲੀ ਹੋਈ ਆ ਅਸਲ 'ਚ, ਪੰਗੇ ਕਿਹੜੇ ਇੱਕ ਆਪਣੇ। ਚਲੋ ਹਾਂਜੀ ਵੀਰ ਜੀ, ਕੀ ਆਹ ਬੀਜ ਬਚਾ ਲਾ, ਬਾਕੀ ਦਾ ਕੁਛ ਨਹੀਂ ਹੈ, ਕੁਛ ਨਹੀਂ ਵਿਗੜਦਾ ਆਲੂ, ਐਂਦਾ ਪੱਥਰ ਇਹ ਜਿਹੜੇ ਖੇਤਾਂ 'ਚ ਪਏ ਆ। ਉਹ ਗੱਲ ਪਤਾ ਕੀ ਆ ਵੀਰ, ਚੱਕਣ ਦਾ ਕੋਈ ਚੱਕਰ, ਸਾਲਾ ਗਾਰਾ ਹੋ ਜਾਣਾ। ਮੇਨ ਤਾਂ ਗਾਰੇ ਦਾ ਕੰਮ ਆ, ਹੋਰ ਕੋਈ ਦਿੱਕਤ ਨਹੀਂ ਹੈ। ਚੱਕ ਹੋ ਗਿਆ, ਅੱਧਾ ਖੇਤ ਚੱਕ ਹੋ ਗਿਆ, ਨਾਲੇ ਕਹਿੰਦੇ ਬਹੁਤ ਝਾੜ ਆ। ਨਾ ਨਾ ਇਹਦਾ 150 ਨਿਕਲੂ, ਇੱਕ ਹੋਰ ਰੱਖ ਲਓ ਮੈਂ ਕਹਿੰਦਾ, ਕਿੰਨੇ ਹੋ ਗਏ? ਛੋਟਾ ਟਰੈਕਟਰ ਆ, ਮੈਸੀ ਤਾਂ ਅਸੀਂ ਤਾਂ ਪੰਗਾ ਕਰਿਆ ਹੋਇਆ, ਨਹੀਂ ਤਾਂ ਨਾ ਨਾ ਦੂਰੇ ਆ। ਚੱਲ ਵੀ ਖੜ ਪਿੱਛੇ ਖੜ, ਇੱਕ ਜਾਣਾ ਇੱਕ ਉੱਧਰ ਖੜ ਜਾਓ, ਦੋਹੇ ਚੱਲੋ ਹੁਣ, ਬਸ ਚੜਿਆ ਸੂਰਜ। ਲਓ ਜੀ ਬਹਿ ਕੇ ਚੜ੍ਹਨਾ ਸੜਕ ਪਰ, ਮੰਮੀ ਨੇ ਇੱਕ ਸਾਈਡ ਰਹਿ ਪੁੱਤ, ਮਾੜਾ ਮੈਨੂੰ ਦੇਖਣ ਵੀ ਦੇ ਪਿੱਛੇ। ਆਹ ਜ਼ਿਮੀਂਦਾਰਾਂ ਦੀ ਮਿਹਨਤ ਆ ਜੀ, ਮੰਨ ਲਓ ਕਈ ਤਰੀਕੇ ਆ, ਹੋਰ ਵੀ ਮਿੱਟੀ ਲਾਉਣੀ ਰਸਤੇ 'ਚ। ਸੜਕ ਪਰ ਚੜਾਇਆ ਬੈਗ,
ਚਲੋ ਜੀ ਘਰ ਨੂੰ। ਚੱਕ ਹੋ ਜਾਣਾ ਮੇਰਾ ਖਿਆਲ ਦੋ ਕੁ ਜਿਹੜੇ ਹੋਰ ਲੱਗਣਗੇ ਜੀ, 30 ਕੱਟੇ ਚੱਕ ਹੋ ਜਾਂਦੇ ਇੱਕ ਵਾਰ 'ਚ। ਚਲੋ ਮਿਹਨਤ ਆ ਥੋੜ੍ਹੀ ਜੀ। ਠੀਕ ਹੈ ਜੀ, ਇੱਥੇ ਸਲਾਈ ਵੀ ਚੱਲ ਰਹੀ ਹੈ ਸੇਵਾ ਨਾਲ ਦੀ ਨਾਲ, ਚਾਚਾ ਮਾਮਾ ਲੱਗੇ ਹੋਏ ਆ। ਤੁਸੀਂ ਕਰ ਲੈਣਾ ਕੰਮ ਲੱਗਦਾ ਕਿ ਮੁਰਗ ਯਾਰ ਬੋਤਲ ਦਾ ਓਏ ਚੱਕਦੇ ਛੱਡਿਆ, ਬੋਰੀ ਲੈ ਦਿੰਦੇ ਕੋਈ ਨਾ। ਲਓ ਜੀ ਰੱਬ ਦੇ ਰੰਗ ਦੇਖ ਲਓ, ਸੂਰਜ ਵੀ ਚੜਿਆ ਆ ਉੱਪਰ ਤੇ ਮੀਂਹ ਦੀਆਂ ਗਿਣੀਆਂ ਵੀ ਪਈ ਜਾਂਦੀਆਂ। ਛੋਟੇ ਹੁੰਦੇ ਸਾਨੂੰ ਕਹਿੰਦੇ ਹੁੰਦੇ ਕਹਿੰਦੇ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ ਜੇ ਮੀਂਹ ਪੈਂਦਾ ਹੁੰਦਾ ਸੀਗਾ ਤੇ ਧੁੱਪ ਚੜੀ ਹੁੰਦੀ ਸੀ। ਲਓ ਜਵਾਨ ਉਹ ਟਰੈਕਟਰ ਲਈ ਫਿਰਦਾ ਇੱਕ ਆਪਣਾ ਰਸਤੇ 'ਚ ਖੜਾ ਉਹ ਵੀ। ਸੀਟ ਖੁੱਲ ਗਈ ਹੈ ਚੱਲ ਤੂੰ ਹੌਲੀ ਹੌਲੀ ਉੱਥੇ ਲੈ ਜਾ ਇੱਕ ਵਾਰੀ ਚਾਚੇ ਕੋਲ ਫਿਰ ਦੇਖਦੇ ਹਾਂ। ਓ ਯੂਵੀ ਹੌਲੀ ਹੌਲੀ ਤੂੰ ਲੈ ਜਾ, ਬੈਠ ਕੇ ਹਿੱਲੀ ਨਾ ਬਹੁਤਾ ਉੱਥੇ ਟਰੈਕਟਰ ਖੜਾ ਕੇ ਨਾ, ਚਾਚਾ ਹੈਗਾ ਉੱਥੇ ਫਿਰ ਟਰੈਕਟਰ ਦੂਆ ਮੰਗਾ ਲੈਣੇ ਆ ਗੋਰੇ ਵਾਲਾ। ਚੱਲ ਤੂੰ ਉੱਥੇ ਨੂੰ ਟਰੈਕਟਰ ਮੰਗਾ ਲੈਣਾ ਰਿੰਕੂ ਵਾਲਾ, ਹੌਲੀ ਜਾਈ ਮੇਰੇ ਪੁੱਤ। ਟਰੈਕਟਰ ਦੀ ਸੀਟ ਹਿੱਲ ਗਈ ਜੀ, ਸ਼ੈੱਡ ਚਾਲੂ ਲੱਗਣਗੇ। ਮੱਛੀ ਦੇਖੋ ਕਿਵੇਂ ਟੱਪਦਾ ਆ ਰਿਹਾ, ਇਹਦਾ ਔਖਾ ਜਿਹਾ ਬ੍ਰੇਕ ਨਹੀਂ ਹੈਗੀ ਇਹਦੀ। ਲਓ ਜੀ ਲੋਡ ਕਾਰਡ ਦੀ ਮਾਂ ਹੈ, ਚੱਲ ਰਿਹਾ ਕੰਮ ਅਤੇ ਬਾਕੀ ਦੇਖਦੇ ਹਾਂ। ਆਹ ਕੱਟੇ ਜਿਹੜੇ ਦੂਆ ਮਾਲ ਪਿਆ ਇਹਨਾਂ ਤੋਂ ਫਿਰ ਖਾਲੀ ਕਰਕੇ ਢੇਰੇ ਲਾ ਦੇਣਾ, ਵੀ ਸਿਸਟਮ ਬਣਾਉਂਦੇ ਹਾਂ ਹੁਣ ਕੁਛ ਨਾ ਕੁਛ ਟਰਾਲੀ 'ਚ ਚੱਕਦੇ ਇਹਨਾਂ ਨੂੰ। ਬੰਦਿਆਂ ਨੂੰ ਕਿਹਾ ਹੋਰ ਦੋ ਚਾਰ ਬੰਦੇ ਮਿਲ ਗਏ ਤਾਂ ਆਪਾਂ ਨਿਬੇੜੇ ਦੇਣਾ ਕੰਮ ਅੱਜ ਮਹਾਰਾਜ ਕਿਰਪਾ ਨਾਲ। ਚਲੋ ਜੋ ਵੀ ਉਹ ਸਿਲਾਈ ਕਰਦੇ ਪੁੱਤ, ਇੱਕ ਉਹ ਕੱਟਾ ਪਿਆ ਇੱਕ ਉਹ ਪਿਆ, ਇਹ ਵੀ ਮੁੰਡਾ ਸਾਡਾ ਲੱਗਦਾ ਨਹੀਂ ਪੜੂਗਾ ਅਤੇ ਖੇਤੀ ਵਾਲੇ ਕੰਮ 'ਚ ਜ਼ਿਆਦਾ ਧਿਆਨ ਆ, ਟਰੈਕਟਰਾਂ ਦਾ ਸ਼ੌਂਕੀ ਹੋ ਗਿਆ। ਉਹ ਸਿਲਾਈ ਕਰਦੇ ਕੱਟਾ, ਲਓ ਜੀ ਲੇਬਰ ਰੋਟੀ ਖਾਣ ਲੱਗ ਗਈ, ਟਰੈਕਟਰ ਅਰਜਣ ਵੀ ਆ ਗਿਆ। ਮੈਂ ਤਿੰਨਾਂ ਨਾਲ ਲਾਵਾਂਗੇ ਗੇੜੇ, ਬਾਹਰ ਥੋੜ੍ਹਾ ਹੀ ਰਹਿ ਗਿਆ ਕੰਮ ਖਿੱਚ ਦੇਣਾ, ਸੜਾਈ ਦੂਰ ਰਹਿੰਦਾ ਥੋੜ੍ਹਾ ਥੋੜ੍ਹਾ ਕੰਮ ਲਾ ਦਾਂਗੇ 3-4 ਵਜੇ ਤੱਕ ਗੇਟ 'ਚ ਸਾਰਾ ਹੀ। ਲਓ ਜੀ ਬੰਦਾ ਲੱਗਿਆ ਹੋਇਆ ਚੱਕਣ, ਦੋ ਟਰੈਕਟਰ ਤਾਂ ਭਰੇ ਖੜੇ ਆ, ਉਹ ਵੀ ਭਰਿਆ ਖੜਾ, ਆ ਵੀ ਭਰਿਆ ਖੜਾ,
ਚੱਕੋ ਜੋ ਵੀ ਖੇਤ ਆ ਵੀ ਚੱਕੋ ਚੱਲਿਆ ਇੱਥੇ ਸਾਰਾ ਖੁੰਦਾ ਜਿਹਾ ਰੱਖਤਾ ਹਾ ਬਾਹਰ ਰਹੀਆਂ ਤਿੰਨ ਲਾਈਨਾਂ ਨਿਬੇੜਦੇ ਹਾਂਗੇ ਅੱਜ ਕੰਮ ਨੂੰ ਮਹਾਰਾਜ ਦਾ ਨਾਮ ਲੈ ਕੇ ਸੌਖਾ ਤਰੀਕੇ ਨਾਲੇ ਹੋਊਗਾ ਕੰਮ ਲੋਟ ਜੀ ਸਾਰਾ ਮਾਲ ਜਿਹੜਾ ਚੱਕਿਆ ਉੱਥੋਂ ਇੱਥੇ ਲਿਆ ਕੇ ਰੱਖਤਾ 300 ਕੱਟਾ ਹੋ ਗਿਆ ਹੋਣਾ ਮੇਰੇ ਖਿਆਲ 'ਚ ਇਹ ਬਾਕੀ ਦੂਆ ਹੁਣ ਉੱਥੇ ਢੇਰ ਲਾਵਾਂਗੇ ਕਰਦੇ ਹਾਂ ਸੈਟਿੰਗ ਹੁਣ ਇਹਦੀ ਸਾਰਾ ਮਾਲ ਇਹਦੇ ਬਾਅਦ ਤਰਪਾਲ ਦਪਾ ਦਾਂਗੇ ਬਸ ਵੈਸੇ ਤਾਂ ਸ਼ੈੱਡ ਬਹੁਤ ਬੜਾ ਆਪਣਾ ਕੋਈ ਦਿੱਕਤ ਨਹੀਂ ਹੈਗੀ ਰਹਿੰਦਾ ਮਾਲ ਬਸ ਲਓ ਜੀ ਹੁਣ ਆਹ ਮਾਲ ਚੱਕ ਕੇ ਕਰ ਦੇਣਾ ਖਾਲੀ ਟਰੈਕਟਰ ਤਿੰਨੇ ਭਰ ਕੇ ਖੜਾ ਤੇ ਲਾਈਨ 'ਚ ਅਮਨ ਕਿਆ ਹਾਲ ਚਾਲ ਪੁੱਤ ਤੂੰ ਦੇਖ ਲੈ ਅੱਜ ਫਿਰ ਕੰਮ ਨੂੰ ਲੰਘ ਗਿਆ ਹੈ ਹੁਣ ਤਿੰਨ ਦਿਨ ਛੁੱਟੀ ਕਰ ਲਈ ਆਲੂ ਕੱਟਣੇ ਆ ਤੁਸੀਂ ਛੁੱਟੀਆਂ ਹੀ ਆ ਚੱਲ ਵਾ ਠੀਕ ਹੈ ਲਓ ਜੀ ਆਲੂ ਹੋ ਰਹੇ ਆ ਖਾਲੀ ਹੁਣ ਇੱਥੇ ਢੇਰ ਲਾ ਦੇਣਾ ਇਹਨਾਂ ਦਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੰਨੀ ਕੁ ਆ ਇੱਧਰ ਚੱਕੂਗਾ ਸਾਰਾ ਮਾਲ ਚੈਨਲ ਕਰਿਓ ਸਬਸਕ੍ਰਾਈਬ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ ਜੀ ਲਓ ਜੀ ਢੇਰ ਲੱਗ ਰਿਹਾ ਟਰੈਕਟਰ ਖੜ੍ਹੇ ਆ ਲਾਈਨ 'ਚ ਤਿੰਨੇ ਸਾਰਿਆਂ 'ਤੇ ਤਕਰੀਬਨ ਇਹਦੇ ਪਰ ਥੋੜ੍ਹੇ ਵੱਧ ਆ ਨਹੀਂ ਤਾਂ 12 ਕੱਟੇ ਆਈ ਜਾਂਦੇ ਆ 12 ਕੱਟੇ ਲਾ ਕੇ ਦੱਬੀ ਜਾਂਦੇ ਕੰਮ ਨੂੰ